ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਖਾਸ ਖਬਰ। ਅੱਜ ਫਗਵਾੜਾ ਤੋਂ ਸ਼੍ਰੀ ਬਾਲਾ ਜੀ ਸੇਵਾ ਪਰਿਵਾਰ ਫਗਵਾੜਾ ਵੱਲੋਂ 11ਵੀਂ ਬੱਸ ਯਾਤਰਾ ਰਵਾਨਾ ਕੀਤੀ ਗਈ। ਇਹ ਯਾਤਰਾ ਅੱਜ ਤੋਂ 8 ਦਸੰਬਰ ਤੱਕ ਚੱਲੇਗੀ। ਇਸ ਦੌਰਾਨ ਸ਼ਰਧਾਲੂਆਂ 'ਚ ਬੜਾ ਉਤਸ਼ਾਹ ਪਾਇਆ ਗਿਆ ਅਤੇ ਜੈਕਾਰਿਆਂ ਨਾਲ ਯਾਤਰਾ ਨੂੰ ਰਵਾਨਾ ਕੀਤਾ ਗਿਆ। ਅੱਜ ਫਗਵਾੜਾ ਤੋਂ 11ਵੀਂ ਬੱਸ ਯਾਤਰਾ ਸ਼੍ਰੀ ਸਲਾਸਰ ਬਾਲਾ ਜੀ, ਸ਼੍ਰੀ ਖਾਟੂ ਸ਼ਾਮ ਜੀ, ਸ਼੍ਰੀ ਮਹਿੰਦੀਪੁਰ ਬਾਲਾ ਜੀ, ਸ਼੍ਰੀ ਬ੍ਰਿੰਦਾਵਨ ਧਾਮ ਅਤੇ ਸ਼੍ਰੀ ਬਰਸਾਨਾ ਧਾਮ ਲਈ ਸ਼੍ਰੀ ਬਾਲਾ ਜੀ ਸੇਵਾ ਪਰਿਵਾਰ ਫਗਵਾੜਾ ਵੱਲੋਂ ਬੜੇ ਹੀ ਉਤਸ਼ਾਹ ਨਾਲ ਰਵਾਨਾ ਕੀਤੀ ਗਈ। ਇਸ ਮੌਕੇ ਸ਼ਰਧਾਲੂਆਂ ਵਿੱਚ ਬੜਾ ਉਤਸ਼ਾਹ ਦੇਖਿਆ ਗਿਆ। ਇਸ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਖਾਣ ਪੀਣ ਅਤੇ ਰਹਿਣ ਦਾ ਸਾਰਾ ਪ੍ਰਬੰਧ ਸ਼੍ਰੀ ਬਾਲਾ ਜੀ ਸੇਵਾ ਪਰਿਵਾਰ ਵੱਲੋਂ ਕੀਤਾ ਜਾਵੇਗਾ। ਇਹ ਯਾਤਰਾ 8 ਦਸੰਬਰ ਨੂੰ ਸਮਾਪਤ ਹੋਵੇਗੀ। ਇਸ ਮੌਕੇ ਝੰਡੇ ਦੀ ਰਸਮ ਬਿਪਨ ਮਲਹੋਤਰਾ ਵੱਲੋਂ ਕੀਤੀ ਗਈ ਅਤੇ ਪੂਜਾ ਰਾਕੇਸ਼ ਬੰਸਲ ਵੱਲੋਂ ਕੀਤੀ ਗਈ। ਬਾਲਾ ਜੀ ਮਹਾਰਾਜ ਕੀ ਜੈ। ਅੱਜ ਬਾਲਾ ਜੀ ਦੀ ਕਿਰਪਾ ਨਾਲ 11ਵੀਂ ਬੱਸ ਯਾਤਰਾ ਫਗਵਾੜੇ ਤੋਂ ਸ਼੍ਰੀ ਸਲਾਸਰ ਬਾਲਾ ਜੀ ਹੁੰਦੇ ਹੋਏ, ਮਹਿੰਦੀਪੁਰ ਬਾਲਾ ਜੀ ਹੁੰਦੇ ਹੋਏ ਬ੍ਰਿੰਦਾਵਨ ਤੱਕ ਜਾਏਗੀ। ਜਿਹੜਾ ਕਿ 5 ਦਿਨ ਦਾ ਯਾਤਰਾ ਪ੍ਰੋਗਰਾਮ ਆ, ਉਹਦੇ ਇਹਦੇ ਵਿੱਚ ਤਿੰਨ ਬੱਸਾਂ ਹਰ ਸਾਲ ਦੀ ਤਰ੍ਹਾਂ ਐਸਾ ਬੱਸਾਂ ਲੈ ਕੇ ਆ ਰਹੇ ਬਾਲਾ ਜੀ ਮਿਹਰਗੰਜ ਸਾਰੇ ਸੰਸਥਾ ਉੱਤੇ। ਐਸ ਪੀ ਸੀ ਬਾਲਾ ਜੀ ਸੇਵਾ ਪਰਿਵਾਰ ਅੱਗੇ ਜਿਨ ਲੋਕ ਚੌਕੀ ਕਰਦੀ ਰਹੇ ਤੇ ਸਾਰੀ ਯਾਤਰਾ ਦੀ ਮਨੋਕਾਮਨਾ ਪੂਰੀ ਹੋ ਰਹੀ। ਜੈਕਾਰਾ ਵੀਰ ਬਜਰੰਗੀ। ਜ਼ਿਕਰਯੋਗ ਹੈ ਕਿ ਫਗਵਾੜਾ ਤੋਂ ਹਰ ਸਾਲ ਇਸ ਯਾਤਰਾ ਨੂੰ ਰਵਾਨਾ ਕੀਤਾ ਜਾਂਦਾ ਹੈ। ਫਗਵਾੜਾ ਤੋਂ ਜਸ ਸ਼ਰਮਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।